ਸੈਟਲਾਈਟ ਕਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਆ ਵੀਰ ਨੂੰ ਦੇਖਿਆ ਹੋਣਾ ਇਹ ਰਾਜੂ ਨਾ ਇਹਨਾਂ ਦਾ ਰਤਨਦੀਪ ਸਿੰਘ ਨਾਮ ਆ ਜੀ ਇਹਨਾਂ ਦਾ ਵੀਰ ਦਾ ਇਹਦਾ ਅਤੇ ਇਹਨਾਂ ਨੂੰ ਅਸੰਦ ਇਹਨਾਂ ਦਾ ਏਰੀਆ ਜੀ ਕਰਨਾਲ ਜ਼ਿਲ੍ਹੇ ਦੇ ਵਿੱਚ ਕਸਬਾ ਛੋਟਾ ਜਿਹਾ ਅਸੰਦ ਅਤੇ ਉੱਥੋਂ ਆਏ ਆ ਵੀਰ ਇਹ ਬਲਜਿੰਦਰ ਵੀਰ ਆ ਗੁਰਪ੍ਰੀਤ ਵੀਰ ਆ ਜਿਹਨਾਂ ਨੇ ਸਭ ਤੋਂ ਵੱਡੀ ਡਿਊਟੀ ਨਿਭਾਈ ਹੈ ਜੀ ਇਹ ਅੰਬਾਲੇ ਤੋਂ ਆ ਅਤੇ ਇਹਨਾਂ ਨੂੰ ਲੈ ਕੇ ਆਏ ਨੇ ਆਪਣੇ ਐਂਬੂਲੈਂਸ ਦੇ ਵਿੱਚ ਉਹ ਅਤੇ ਇਹ ਇਹਨਾਂ ਦਾ ਪਰਿਵਾਰ ਆ ਜੀ ਇਹ ਸਿਸਟਰ ਆ ਇਹਨਾਂ ਦੀ ਭੈਣ ਜੀ ਖੜ੍ਹੇ ਨੇ ਅਤੇ ਇਹਨਾਂ ਦਾ ਭੈਣ ਦਾ ਮੈਨੂੰ ਕਈ ਦਿਨ ਪਹਿਲਾਂ ਫੋਨ ਆਇਆ ਸੀਗਾ ਵੀ ਇੱਦਾਂ ਕਰਕੇ ਸਾਡਾ ਬ੍ਰਦਰ ਆ ਵੀ ਉਹ ਬੜੀ ਮਾੜੀ ਹਾਲਤ ਦੇ ਵਿੱਚ ਫਿਰਦਾ ਮੈਂਟਲੀ ਕੰਡੀਸ਼ਨ ਉਹਨਾਂ ਦੀ ਠੀਕ ਨਹੀਂ ਅਤੇ ਸਿਰ ਉਹਨਾਂ ਨੇ ਸੱਟ ਲੱਗੀ ਹੋਈ ਹੈ ਪੈਰ ਦੇ ਉੱਪਰ ਲਿਫਾਫੇ ਬੰਨੇ ਆ ਦਿਖਾਉਂਦਾ ਵੀ ਨਹੀਂ ਵੀ ਜ਼ਖਮ ਹੋਇਆ ਕਾਫੀ ਜ਼ਿਆਦਾ ਅਤੇ ਇਹ ਵੀਰ ਇੱਕ ਸਭ ਤੋਂ ਜਿਹੜੀ ਮੰਦਭਾਗੀ ਗੱਲ ਆ ਜੀ ਇਹ ਗੁਰਸਿੱਖ ਵੀਰ ਰਾਗੀ ਸਿੰਘ ਆ ਜੀ ਇੱਕ ਪਾਠੀ ਸਿੰਘ ਸੀਗਾ ਪਹਿਲਾਂ ਜੀ ਬੜਾ ਵਧੀਆ ਕੀਰਤਨ ਕਰਦਾ ਵੀਰ ਹੁੰਦਾ ਸੀ ਆਪਦੇ ਟਾਈਮ ਦੇ ਵਿੱਚ ਹੁਣ ਵੀ ਬਹੁਤ ਵਧੀਆ ਕੀਰਤਨ ਕਰਦਾ ਵੀਰ ਜੇ ਹੁਣ ਕੋਈ ਇਹਨਾਂ ਤੋਂ ਸੁਣਨਾ ਹੋਵੇ ਤਾਂ ਬੜਾ ਵਧੀਆ ਤਰੀਕੇ ਨਾਲ ਸੁਣਾਉਂਦੇ ਨੇ ਜਦੋਂ ਕਿ ਮੈਨੂੰ ਵੀਡੀਓ ਭੇਜੀਆਂ ਵੀਰਾਂ ਨੇ ਇਹਨਾਂ ਨੇ ਤਾਂ ਆ ਤੁਸੀਂ ਇਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਅਸੀਂ ਪ੍ਰਿੰਟ ਕਢਵਾਏ ਸੀਗੇ ਅਤੇ ਇਹ ਵੀਰ ਦੀਆਂ ਪੁਰਾਣੀਆਂ ਫੋਟੋਆਂ ਵਾ ਅਤੇ ਬੜੀ ਮਾੜੀ ਹਾਲਤ ਦੇ ਵਿੱਚ ਆ ਵੀਰ ਹੁਣ ਇਸ ਟਾਈਮ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹਾਲਾਤ ਵੀਰ ਦੇ ਅਤੇ ਇਹਨਾਂ ਦੀ ਭੈਣ ਨੇ ਸਿੱਧਾ ਸਾਨੂੰ ਇਹਨਾਂ ਦੀ ਯਾਨੀ ਕਿ ਸਟੋਰੀ ਦੱਸੀ ਬੜਾ ਦੁੱਖ ਲੱਗਿਆ ਜੀ ਮਨ ਨੂੰ ਵੀ ਇੱਕ ਗੁਰਸਿੱਖ ਵੀਰ ਦਾ ਆਹ ਹਾਲਾਤ ਹੋ ਗਿਆ ਇਹਨਾਂ ਦੀ ਮੈਂਟਲੀ ਕੰਡੀਸ਼ਨ ਕੁਛ ਸਾਲ ਪਹਿਲਾਂ ਖਰਾਬ ਹੋ ਗਈ ਸੀਗੀ ਇਹਨਾਂ ਦਾ ਪਰਿਵਾਰ ਦੇ ਵਿੱਚ ਕੁਛ ਡਿਸਪਿਊਟ ਕਰਕੇ ਇਹਨਾਂ ਦੀ ਵਾਈਫ ਇਹਨਾਂ ਨੂੰ ਛੱਡ ਕੇ ਚਲੇ ਗਈ ਤਾਂ ਬੱਚੇ ਅਤੇ ਵਾਈਫ ਇਹਨਾਂ ਨੂੰ ਛੱਡ ਕੇ ਜਾਣ ਕਰਕੇ ਅਤੇ ਬਹੁਤ ਹੀ ਬਸਟ ਹੋ ਗਿਆ ਜੀ ਇਹਨਾਂ ਦਾ ਇੱਕ ਕਹਿ ਸਕਦੇ ਮੈਂਟਲ ਲੈਵਲ ਇਹਨਾਂ ਦਾ ਜ਼ਿਆਦਾ ਖਰਾਬ ਹੋ ਗਿਆ ਜੀ ਅਤੇ ਗੁਰੂ ਮਹਾਰਾਜ ਨੇ ਸਾਡੀ ਟੀਮ ਨੂੰ ਇਹਨਾਂ ਦੀ ਸੇਵਾ ਸੌਂਪੀ ਹੈ ਜੀ ਹੁਣ ਜਿਹੜੀ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਭੈਣ ਨੇ ਜਦੋਂ ਸਾਨੂੰ ਦੱਸਿਆ ਵੀ ਇਹ ਵੀਰ ਇਸ ਟਾਈਮ ਸੰਦ ਇਹਨਾਂ ਦਾ ਇਹਦੇ ਵੀਰ ਦੀਆਂ ਦੋਨੋਂ ਭੈਣਾਂ ਉੱਥੇ ਬਹਿੀਆਂ ਹੋਈਆਂ ਇੱਕੋ ਘਰ ਦੇ ਵਿੱਚ ਹੀ ਅਤੇ ਆਪਣੀਆਂ ਭੈਣਾਂ ਦੇ ਕੋਲ ਉਹਨਾਂ ਦੇ ਏਰੀਏ ਦੇ ਵਿੱਚ ਉੱਥੇ ਹੀ ਘੁੰਮਦਾ ਸੀ ਕਿਉਂਕਿ ਇਹ ਪਹਿਲਾਂ ਇਹਨਾਂ ਨੂੰ ਸਾਂਭਣ ਨੂੰ ਲੈ ਕੇ ਨਾਲ ਆਪਣੇ ਕੋਲ ਲੈ ਕੇ ਆਈਆਂ ਸੀ ਪਰ ਵੀਰ ਦੀ ਮੈਂਟਲੀ ਕੰਡੀਸ਼ਨ ਨਾ ਠੀਕ ਹੋਣ ਕਰੇ ਕੁੱਟਮਾਰ ਬਹੁਤ ਜ਼ਿਆਦਾ ਕਰਦਾ ਸੀ ਇਹਨਾਂ ਨੂੰ ਤਾਂ ਘਰੋਂ ਚਲਿਆ ਗਿਆ ਕੋਈ ਸਾਂਭਣ ਵਾਲਾ ਹੈ ਨਹੀਂ ਸੀਗਾ ਜੀ ਇਹਨਾਂ ਨੂੰ ਅਤੇ ਇਹ ਜਿੰਨੇ ਜੋਗੇ ਸੀਗੇ ਭੈਣ ਇਹ ਟੀਚਰ ਆ ਇਹ ਕੀਰਤਨ ਸਿਖਾਉਂਦੇ ਆ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਅਤੇ ਇਹਨਾਂ ਨੂੰ ਜੋ ਵੀ ਕੀਰਤਨ ਸਿਖਾਇਆ ਜਾਂ ਜੋ ਵੀ ਇਹ ਸਿੱਖਿਆ ਭੈਣ ਉਹਨਾਂ ਦੇ ਜਿਹੜੇ ਗੁਰੂ ਆ ਇਹਨਾਂ ਦਾ ਬ੍ਰਦਰ ਹੀ ਹੈ ਜੀ ਇਹ ਵੀਰ ਰਾਜੂ ਅਤੇ ਇਹ ਮੈਨੂੰ ਇਹਨਾਂ ਨੇ ਜਦੋਂ ਦੱਸਿਆ ਵੀ ਮੈਨੂੰ ਮੇਰੇ ਭਰਾ ਨੇ ਇਹ ਕੀਰਤਨ ਸਿਖਾਇਆ ਸੀ ਅੱਜ ਜਿਹਦੇ ਕਰਕੇ ਮੈਂ ਰੋਜ਼ੀ ਰੋਟੀ ਚਲਾ ਰਹੀ ਹਾਂ ਆਪਦੇ ਬੱਚਿਆਂ ਦੀ ਅਤੇ ਪਰ ਜਦੋਂ ਮੇਰਾ ਵੀਰ ਮੈਨੂੰ ਚੌਂਕ ਦੇ ਵਿੱਚ ਕਿਤੇ ਬੈਠਾ ਮਿਲਦਾ ਜਾਂ ਕਿਤੇ ਖੜ੍ਹਾ ਦੇਖਦਾ ਮਾੜੀ ਹਾਲਤ 'ਚ ਉਹਦੇ ਸੱਟਾਂ ਲੱਗੀਆਂ ਹੋਈਆਂ ਜ਼ਖਮ ਹੋਏ ਹੋਏ ਆ ਅਤੇ ਬਹੁਤ ਹੀ ਮਾੜੀ ਹਾਲਤ 'ਚ ਘੁੰਮ ਰਿਹਾ ਹੁੰਦਾ ਤਾਂ ਮੈਨੂੰ ਬੜਾ ਦੁੱਖ ਲੱਗਦਾ ਫੜ ਕੇ ਘਰ ਲੈ ਆਉਂਦੇ ਸੀ ਇਹ ਵਾਰ ਵਾਰ ਘਰ ਲੈ ਕੇ ਆਉਂਦੇ ਸੀਗੇ ਫਿਰ ਗੁੱਸੇ ਹੋ ਕੇ ਲੜ ਕੇ ਚਲੇ ਜਾਂਦੇ ਸੀ